Audio Jungle. ਨਸ਼ੇ ਖਿਲਾਫ਼ ਪਿੰਡੀ ਗਿਰੀ ਮੁਹਿੰਮ ਦੇ ਦੌਰਾਨ ਖਰੜਾ ਥਾਣੇ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ 170 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਖਰੜਾ ਥਾਣੇ ਦੇ SHO ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ASI ਦਲਜੀਤ ਸਿੰਘ ਦੀ ਅਗਵਾਈ ਹੇਠ ਮੁਗਲ ਚੱਕ ਮੋੜ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸੇ ਤਰ੍ਹਾਂ TVS ਮੋਟਰਸਾਈਕਲ PV46E85 ਨੂੰ ਸਵਾਰ ਚਾਰ ਨੌਜਵਾਨਾਂ ਨੇ ਪੁਲਿਸ ਨਾਕਾ ਵੇਖ ਕੇ ਪਿਛਾਂਹ ਭੱਜਣ ਦੀ ਕੋਸ਼ਿਸ਼ ਕੀਤੀ, ਪਰੰਤੂ ਜਦੋਂ ਪੁਲਿਸ ਜਵਾਨਾਂ ਨੇ ਉਹਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੀ ਡਿੱਗੀ ਵਿੱਚ ਮੋਮੀ ਲਿਫਾਫੇ ਅੰਦਰ ਲਪੇਟ ਕੇ ਰੱਖੀ ਹੋਈ 170 ਗ੍ਰਾਮ ਹੈਰੋਇਨ ਬਰਾਮਦ ਹੋਈ। SHO ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਚਾਰਾਂ ਨੌਜਵਾਨਾਂ ਦੀ ਪਛਾਣ ਸਿਕੰਦਰ ਸਿੰਘ ਪੁੱਤਰ ਜਗਤਾਰ ਸਿੰਘ, ਕਰਨ ਕੁਮਾਰ ਪੁੱਤਰ ਸੋਹਨ ਲਾਲ ਤੇ ਬਲਵੰਤ ਸਿੰਘ ਪੁੱਤਰ ਕਾਬਲ ਸਿੰਘ ਤਿੰਨੇ ਵਾਸੀ ਚੇਲਾ ਕਲੋਨੀ ਭਿੱਖੀ ਪਿੰਡ ਅਤੇ ਸੂਬਾ ਸਿੰਘ ਉਰਫ ਸੁੱਖਾ ਪੁੱਤਰ ਊਧਮ ਸਿੰਘ ਵਾਸੀ ਵੀਰਮ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਚਾਰਾਂ ਕਥਿਤ ਦੋਸ਼ੀਆਂ ਖਿਲਾਫ NDPS ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕਰੀਬ 4 ਵਜੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਭਿੱਖੀ ਪਿੰਡ ਵੱਲੋਂ ਖਾਲੜੇ ਨੂੰ ਆਉਂਦਾ ਸੀ, ਜਿਨ੍ਹਾਂ ਨੂੰ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ DSP ਸਾਹਿਬ ਦੀ ਜੇਲ੍ਹ ਨਿਗਰਾਨੀ ਮੇਰੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਪੁਲਿਸ ਪਾਰਟੀ ਦਾ ਨਾਕਾ ਲਵਾਇਆ ਸੀ, ਜਿਨ੍ਹਾਂ ਨੇ 4 ਜਣਿਆਂ ਨੂੰ ਸ਼ੱਕ ਦੀ ਬਣਾ ਕੇ ਐਸ ਬਰੀਕ ਸਿੰਘ ਪਾਰਟੀ ਨੇ ਡੱਕ ਕੇ ਨਾ ਪਤਾ ਪੁੱਛਿਆ, ਮੋਟਰਸਾਈਕਲ ਦੀ ਤਲਾਸ਼ੀ ਲਈ ਜਿਹਦੇ 'ਚੋਂ 170 ਗ੍ਰਾਮ ਹੈਰਾਨ ਬਰਾਮਦ ਹੋਈ, ਜਿਹਦਾ ਮੌਕੇ 'ਤੇ 170 ਗ੍ਰਾਮ ਦਾ ਮੁਕੱਦਮਾ ਦਰਜ ਕੀਤਾ। ਅਗਲੀ ਕਾਰਵਾਈ ਆ ਜਿਹੜੀ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਜਿਹੜੇ ਆਦਮੀ ਦੇ ਕੋਲੋਂ ਹੋਰ ਇਹਨਾਂ ਨੇ ਹੀਰੋਇਨ ਖਰੀਦੀ ਆ ਉਹਦੀ ਡੰਗਿਆਈ ਨਾਲ ਜਾਂਚ ਕਰਕੇ ਉਹਦੇ ਖਿਲਾਫ਼ ਵੀ ਜੋ ਮਰਦੀ ਕਾਰਵਾਈ ਆ ਕੀਤੀ ਜਾਵੇ।